ਸਤਿ ਜੀ ਰਹੀ ਗਾਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਅੱਜ 1 ਅਗਸਤ ਰਾਤ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਪੰਜਾਬ ਦਾ ਮੌਸਮ ਕਿਵੇਂ ਰਹਿ ਸਕਦਾ ਹੈ ਕਿ ਅੱਜ ਰਾਤ ਸਮੇਂ ਕਿਹੜੇ ਹਿੱਸਿਆਂ ਵਿੱਚ ਮੀਂਹ ਜਾਂ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਸੋ ਜਿਵੇਂ ਕਿ ਦੇਖ ਰਹੇ ਆ ਤਾਜ਼ਾ ਸੈਟਲਾਈਟ ਤਸਵੀਰ ਹਲਕੀ ਦਰਬਿਆਨੀ ਬੱਦਲਵਾਈ ਲਗਭਗ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ ਤੇ ਜੇਕਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਲਗਭਗ ਕੱਲ ਦੁਪਹਿਰ ਤੋਂ ਲੈ ਕੇ ਅੱਜ ਸ਼ਾਮ ਤੱਕ ਜਾਂ ਕਿ ਹੀ ਦੁਪਹਿਰ ਤੱਕ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਬੱਦਲਵਾਈ ਬਣੀ ਰਹੀ ਹੈ ਇੱਕ ਕਾਫੀ ਕਹਿ ਦਈਏ ਵੱਡਾ ਤਖੜਾ ਸਿਸਟਮ ਬਣਿਆ ਜੀਨੇ ਸਾਰੇ ਪੰਜਾਬ ਨੂੰ ਇੱਕੋ ਸਮੇਂ ਕਵਰ ਕੀਤਾ ਹੈ ਤੇ ਇਹਦੇ ਵਿੱਚ ਜੇ ਮੀਂਹ ਦੀ ਗੱਲ ਕਰੀ ਤਾਂ ਜਿਹਦੇ ਵਿੱਚ 80 ਤੋਂ ਲੈ ਕੇ 90% ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਨੇ ਜਿਨ੍ਹਾਂ ਵਿੱਚ 50 55 60% ਇਲਾਕੇ ਅਜੇ ਹਨ ਜਿਨ੍ਹਾਂ ਦੇ ਵਿੱਚ ਚੰਗੀ ਤੋਂ ਲੈ ਕੇ ਥੋੜੀ ਜਿਹੀ ਭਾਰਮੀ ਬਰਸਾਤ ਹੋਈ ਹੈ 20 30% ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਅਤੇ ਕੁਝ 10% ਇਲਾਕੇ ਅਜੇ ਹਨ ਜਿਨ੍ਹਾਂ ਵਿੱਚ ਮੀਂਹ ਨਹੀਂ ਪਿਆ ਜਾਂ ਕਹਿ ਦਈਏ ਬਹੁਤ ਹਲਕੀ ਕਿਣਮਣ ਜਾਂ ਕੇਵਲ ਬੱਦਲ ਵਾਈ ਰਹੀ ਹੈ ਤੇ ਹੁਣ ਗੱਲ ਕਰੀਏ ਆਪਾਂ ਅੱਜ ਰਾਤ ਦੀ ਤਾਂ ਅੱਜ ਰਾਤ ਦੇ ਵੇਲੇ ਮੌਸਮ ਦੇ ਵਿੱਚ ਥੋੜਾ ਜਿਹਾ ਪਿਛਲੇ ਰਾਤ ਦੇ ਮੁਕਾਬਲੇ ਸੁਧਾਰ ਰਹੂਗਾ ਕਿਉਂਕਿ ਜਿਹੜਾ ਵੱਡਾ ਤਖੜਾ ਸਿਸਟਮ ਸੀ ਹੁਣ ਕਮਜ਼ੋਰ ਪੈ ਚੁੱਕਿਆ ਹੈ ਤੇ ਹਲਕੀ ਫੁਲਕੀ ਬਦਲਵਾਈ ਬਣੀ ਰਹੂਗੀ ਅੱਧੀ ਰਾਤ ਤੋਂ ਬਾਅਦ ਤੜਕੇ ਸਮੇਂ ਦੇ ਦੌਰਾਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਥੋੜੀ-ਬਹੁਤ ਕਿਣਮਣ ਜਾਂ ਹਲਕੇ-ਫੁਲਕੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਇਲਾਕੇ ਇਹਦੇ ਵਿੱਚ ਬੇਨ ਤੌਰ ਤੇ ਜਿਹੜਾ ਪੱਛਮੀ ਹਿੱਸਾ ਪੈ ਜਾਂਦਾ ਪੰਜਾਬ ਦਾ ਸਾਰਾ ਹਿ ਸਰहदी ਏਰੀਆ ਸੋ ਇਹਨਾਂ ਜ਼ਿਲ੍ਹਿਆਂ ਦੇ ਕਈ ਹਿੱਸਿਆਂ ਦੇ ਵਿੱਚ ਆਪਾਂ ਨੂੰ ਉਮੀਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਹਦੇ ਵਿੱਚ ਮਾਝੇ ਦਾ ਖੇਤਰ ਹੋਊਗਾ ਥੋੜਾ ਬਹੁਤ ਦੋਆਬੇ ਦਾ ਇਲਾਕਾ ਆ ਸਕਦਾ ਬਾਕੀ ਦੱਖਣ ਪੱਛਮੀ ਮਾਲਵੇ ਦਾ ਖੇਤਰ ਸੋ ਜਿਵੇਂ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਕਹੀਏ ਜਿਵੇਂ ਸਕਰੀਨ ਤੇ ਦੇਖਿਆ ਜੇਕਰ ਪੰਜਾਬ ਨੂੰ ਆਪਾਂ ਇਸ ਤਰ੍ਹਾਂ ਦੋ ਹਿੱਸਿਆਂ ਦੇਖੀਏ ਵੀ ਇਧਰ ਪੂਰਬੀ ਪੱਛਮੀ ਹਿੱਸਾ ਤੇ ਇਧਰ ਪੂਰਬੀ ਇਲਾਕਾ ਤਾਂ ਇਹ ਜਿਹੜਾ ਪੱਛਮੀ ਇਲਾਕਾ ਪਿਆ ਜਾਂਦਾ ਹੈ ਸਾਰਾ ਹੀ ਇਹ ਇਸ ਇਲਾਕੇ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਟਟੀਆਂ ਛੋਟੀਆਂ-ਮੋਟੀਆਂ ਕਾਰਵਾਈਆਂ ਪੰਜਾਬ ਦੇ ਹੋਰ ਵੀ ਹਿੱਸਿਆਂ ਵਿੱਚ ਹੋ ਸਕਦੀਆਂ ਨੇ ਪਰ ਜਿਆਦਾ ਵੱਡੀਆਂ ਤਕੜੀਆਂ ਮੌਸਮੀ ਹਲਚਲਾਂ ਹੋਣ ਦੀ ਸੰਭਾਵਨਾ ਅੱਜ ਰਾ ਬਾਕੀ ਕੱਲ ਦਿਨ ਦੇ ਵੇਲੇ ਕਿਵੇਂ ਦਾ ਮੌਸਮ ਰਹੇਗਾ ਉਸਦੀ ਅਪਡੇਟ ਕੱਲ ਦਿ ਸਵੇਰ ਦੀ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ ਸੋ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ